ਮੇਰੇ ਨਾਲ ਮੈਂਬਰ ਪਾਰਲੀਮੈਂਟ ਜਸਪੀਤ ਸਿੰਘ ਡਿੰਪਾ ਮੌਜੂਦ ਨੇ, ਵੋਟ ਪਾਉਣ ਲਈ ਆਏ ਨੇ ਪਹਿਲਾਂ ਤਾਂ। ਡਿੰਪਾ ਸਾਹਿਬ, ਕਿਵੇਂ ਦੇਖਦੇ ਹੋ ਅੱਜ ਦੇ ਉਤਸ਼ਾਹ ਨੂੰ ਲੈ ਕੇ? ਬਹੁਤ ਜ਼ਿਆਦਾ ਉਤਸ਼ਾਹ ਲੋਕਾਂ 'ਚ, ਜਿੱਦਾਂ ਆਮ ਇੱਕ ਧਾਰਨਾ ਸੀਗੀ ਵੀ ਗਰਮੀ ਜ਼ਿਆਦਾ ਵਾ, ਕੰਮ ਦੇ ਦੇਣਿਆਂ ਸ਼ਾਇਦ ਹੋ ਸਕਦਾ ਵਾ ਜਿਹੜੀ ਆ ਪਰਸੈਂਟੇਜ ਜਿਹੜੀ ਪੋਲਿੰਗ ਦੀ ਉਹ ਘੱਟ ਜੇ, ਪਰ ਮੈਂ ਅੱਜ ਤਕਰੀਬਨ 27 ਪਿੰਡਾਂ 'ਚ ਜਾ ਆਇਆ, 27ਵੇਂ ਥਾਂ ਮੈਂ ਇੱਥੇ ਪਹੁੰਚਿਆ ਅਤੇ ਇੱਥੇ ਮੇਰੀ ਆਪਣੀ ਵੋਟ ਵੀ ਮੈਂ ਰਹੀ ਹੈ ਪਾਈ। ਅਤੇ ਮੈਂ ਬੜਾ ਹੀ ਪ੍ਰਚਲਿਤ ਅਤੇ ਬਹੁਤ ਹੀ ਸੋਹਣਾ ਰੁਝਾਨ ਵੇਖਿਆ, ਲੋਕ ਬੜੇ ਉਤਸ਼ਾਹ ਨਾਲ ਪੋਲਿੰਗ ਕਰਨ ਆ ਰਹੇ ਆ। ਨੋ ਡਾਊਟ ਪੋਲਿੰਗ ਥੋੜ੍ਹੀ ਸਨੋਅ ਆ, ਪਰ ਚੋਣ ਕਮਿਸ਼ਨ ਵੱਲੋਂ ਪ੍ਰਬੰਧ ਜਿਹੜੇ ਦਰੁਸਤ ਕੀਤੇ ਗਏ ਆ, ਅਤੇ ਮੈਂ ਸਮਝਦਾ ਵਾਂ ਕਿ ਇਹ ਲੋਕ ਜਿਹੜੇ ਆ ਇੱਕ ਬਦਲਾਅ ਲਈ ਵੋਟ ਪਾ ਰਹੇ ਆ। 27 ਪਿੰਡਾਂ 'ਚ ਹੋ ਕੇ ਆਏ ਹੋ, ਕਿੱਦਾਂ ਦਾ ਉੱਥੇ ਉਤਸ਼ਾਹ ਕਿੱਦਾਂ ਦਾ ਲੋਕਾਂ ਦੇ ਵਿੱਚ ਜਿਹੜਾ ਹੈਗਾ? ਤਕਰੀਬਨ ਅਸੀਂ ਵੀ ਵਿਜ਼ਿਟ ਕਰ ਰਹੇ ਹਾਂ, ਤੁਸੀਂ ਵੀ ਜਿੱਥੋਂ ਹੋ ਕੇ ਆਓਗੇ ਉੱਥੇ ਕਿੱਦਾਂ ਦਾ ਇਕੱਠ ਲੱਗ ਰਿਹਾ? ਸਾਰੇ ਥਾਈ ਇੱਦਾਂ ਦਾ ਹੀ ਇਕੱਠ ਆ, ਬੜਾ ਬਹੁਤ ਵਧੀਆ ਜਿਹੜਾ ਲੋਕਾਂ ਦਾ ਰੁਝਾਨ ਆ, ਬਹੁਤ ਪ੍ਰੇਮ ਦੇ ਨਾਲ ਸਾਰੇ ਵੋਟ ਪਾ ਰਹੇ ਆ। ਕੋਈ ਜਿਹੜਾ ਲੋਕਾਂ ਦਾ ਆਪਸ ਦੇ ਵਿੱਚ ਵੀ ਜਿਹੜਾ ਨਾ ਪ੍ਰੇਮ ਪਿਆਰ ਬਹੁਤ ਵਧੀਆ ਤਰੀਕੇ ਨਾਲ ਵੋਟ ਪਾ ਰਹੀ, ਵੋਟ ਕੋਈ ਕਿਤੇ ਵੀ ਪਾ ਰਿਹਾ, ਪਰ ਆਪਸ 'ਚ ਮੈਨੂੰ ਕਿਤੇ ਤਲਖੀ ਵੇਖਣ ਨੂੰ ਨਹੀਂ ਮਿਲੀ। ਨਹੀਂ, ਵਧੀਆ ਹੈ ਕਿ ਉਹ ਪ੍ਰੇਮ ਭਾਵ ਦਾ ਜਿਹੜਾ ਹੈਗਾ ਹੈ ਉਹ ਉਸ ਤਰ੍ਹਾਂ ਇੱਕ ਤਿਉਹਾਰ ਨੂੰ ਜੇ ਆਪਾਂ ਪਿਆਰ ਨਾਲ ਮਨਾਉਂਦੇ ਤਾਂ ਇਸ ਦਿਨ ਨੂੰ ਵੀ ਬੜੇ ਪਿਆਰ ਅਤੇ ਉਤਸ਼ਾਹ ਨਾਲ ਮਨਾਉਣਾ ਚਾਹੀਦਾ ਹੈ। ਜੇ ਬਸ ਇੱਕ ਹੋਰ ਹੈਗਾ ਕਿ ਆਜ਼ਾਦ ਉਮੀਦਵਾਰ ਵੀ ਇਸ ਸੀਟ ਦੇ ਉੱਤੇ ਨਿੱਤਰੇ ਹੋਏ ਨੇ ਔਰ ਵੱਖ ਵੱਖ ਪਾਰਟੀਆਂ 'ਤੇ ਹੈਗੀਆਂ, ਤੁਹਾਡੇ ਨਜ਼ਰੀਏ ਦੇ ਨਾਲ ਕੰਪੀਟੀਟਰ ਜੇ ਕੋਈ ਕਾਂਗਰਸ ਸਮਝ ਰਹੀ ਹੈ ਕਿਸੇ ਨੂੰ ਤਾਂ? ਮੈਂ ਸਮਝਦਾ ਇਸ ਵੇਲੇ ਜਿਹੜਾ ਜ਼ਿਆਦਾ ਕੰਪੀਟੀਸ਼ਨ ਆ ਨਾ ਉਹ ਕਾਂਗਰਸ ਤੇ ਆਪ ਦਾ ਹੈ, ਤੇ ਕਾਂਗਰਸ ਖੈਰ ਕਾਫੀ ਉੱਪਰ ਆ ਉਹਦੇ ਤੋਂ, ਤੇ ਇਹ ਰੁਝਾਨ ਇੱਦਾਂ ਹੀ ਰਹੇ। ਹੋਰ ਕੋਈ ਜੇਕਰ ਹਲਕੇ ਦੀ ਗੱਲ ਕਰੀਏ, ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਤੁਹਾਡੀ ਜਿੱਦਾਂ ਲੀਡ ਸੀਗੀ, ਮੇਰੇ ਖਿਆਲ ਜਿੱਥੋਂ ਤੱਕ ਕਿ ਵੱਡੀ 1.5 ਲੱਖ ਦੇ ਲਾਗੇ ਦੀ ਲੀਡ ਸੀਗੀ, ਆਪਣੇ ਤੌਰ ਦੇ ਉੱਤੇ ਹੁਣ ਸਪੋਰਟ ਕਰਦੇ ਰਹੇ ਹੋ ਕੁਲਬੀਰ ਜ਼ੀਰਾ ਨੂੰ, ਆਪਣੇ ਤੌਰ ਦੇ ਉੱਤੇ ਕਿਵੇਂ ਦੇਖਦੇ ਹੋ ਇਸ ਸੀਟ ਦੇ ਉੱਤੇ? ਦੇਖੋ, ਮਾਰਜਨ ਨੂੰ ਲੈ ਕੇ ਕਿੱਦਾਂ ਦੀ ਗੱਲ ਕਰਦੇ ਹੋ ਜਾਂ ਜਿੱਤ ਨੂੰ ਲੈ ਕੇ? ਦੇਖੋ, ਕਿਉਂਕਿ ਹੁਣ ਪਾਰਟੀਆਂ 5 ਲੜ ਰਹੀਆਂ, ਉਦੋਂ ਤਾਂ ਤਕਰੀਬਨ 3 ਪਾਰਟੀਆਂ ਸੀ, ਹੁਣ 5 ਪਾਰਟੀਆਂ, 5 ਦੇ ਹਿਸਾਬ ਨਾਲ ਵੋਟ ਵੀ ਪਰਸੈਂਟੇਜ ਵੀ ਥੋੜ੍ਹੀ ਜਿਹੜੀ ਆ ਉਹ ਘੱਟ ਪੋਲ ਹੋਣੀ ਆ, ਤਾਂ ਲੀਡ ਸ਼ਾਇਦ ਹੋ ਸਕਦਾ 19 ਨਾ ਆਵੇ, ਪਰ ਕਾਂਗਰਸ ਜਿੱਤੇ। ਮੇਰੇ ਨਾਲ ਮੈਂਬਰ ਪਾਰਲੀਮੈਂਟ ਜਸਪੀਤ ਸਿੰਘ ਡਿੰਪਾ ਮੌਜੂਦ ਨੇ, ਵੋਟ ਪਾਉਣ ਲਈ ਆਏ ਨੇ ਪਹਿਲਾਂ ਤਾਂ। ਡਿੰਪਾ ਸਾਹਿਬ, ਕਿਵੇਂ ਦੇਖਦੇ ਹੋ ਅੱਜ ਦੇ ਉਤਸ਼ਾਹ ਨੂੰ ਲੈ ਕੇ? ਬਹੁਤ ਜ਼ਿਆਦਾ ਉਤਸ਼ਾਹ ਲੋਕਾਂ 'ਚ, ਜਿੱਦਾਂ ਆਮ ਇੱਕ ਧਾਰਨਾ ਸੀਗੀ ਵੀ ਗਰਮੀ ਜ਼ਿਆਦਾ ਵਾ, ਕੰਮ ਦੇ ਦੇਣਿਆਂ ਸ਼ਾਇਦ ਹੋ ਸਕਦਾ ਵਾ ਜਿਹੜੀ ਆ ਪਰਸੈਂਟੇਜ ਜਿਹੜੀ ਪੋਲਿੰਗ ਦੀ ਉਹ ਘੱਟ ਜੇ, ਪਰ ਮੈਂ ਅੱਜ ਤਕਰੀਬਨ 27 ਪਿੰਡਾਂ 'ਚ ਜਾ ਆਇਆ, 27ਵੇਂ ਥਾਂ ਮੈਂ ਇੱਥੇ ਪਹੁੰਚਿਆ ਅਤੇ ਇੱਥੇ ਮੇਰੀ ਆਪਣੀ ਵੋਟ ਵੀ ਮੈਂ ਰਹੀ ਹੈ ਪਾਈ। ਅਤੇ ਮੈਂ ਬੜਾ ਹੀ ਪ੍ਰਚਲਿਤ ਅਤੇ ਬਹੁਤ ਹੀ ਸੋਹਣਾ ਰੁਝਾਨ ਵੇਖਿਆ, ਲੋਕ ਬੜੇ ਉਤਸ਼ਾਹ ਨਾਲ ਪੋਲਿੰਗ ਕਰਨ ਆ ਰਹੇ ਆ। ਨੋ ਡਾਊਟ ਪੋਲਿੰਗ ਥੋੜ੍ਹੀ ਸਨੋਅ ਆ, ਪਰ ਚੋਣ ਕਮਿਸ਼ਨ ਵੱਲੋਂ ਪ੍ਰਬੰਧ ਜਿਹੜੇ ਦਰੁਸਤ ਕੀਤੇ ਗਏ ਆ, ਅਤੇ ਮੈਂ ਸਮਝਦਾ ਵਾਂ ਕਿ ਇਹ ਲੋਕ ਜਿਹੜੇ ਆ ਇੱਕ ਬਦਲਾਅ ਲਈ ਵੋਟ ਪਾ ਰਹੇ ਆ। 27 ਪਿੰਡਾਂ 'ਚ ਹੋ ਕੇ ਆਏ ਹੋ, ਕਿੱਦਾਂ ਦਾ ਉੱਥੇ ਉਤਸ਼ਾਹ ਕਿੱਦਾਂ ਦਾ ਲੋਕਾਂ ਦੇ ਵਿੱਚ ਜਿਹੜਾ ਹੈਗਾ? ਤਕਰੀਬਨ ਅਸੀਂ ਵੀ ਵਿਜ਼ਿਟ ਕਰ ਰਹੇ ਹਾਂ, ਤੁਸੀਂ ਵੀ ਜਿੱਥੋਂ ਹੋ ਕੇ ਆਓਗੇ ਉੱਥੇ ਕਿੱਦਾਂ ਦਾ ਇਕੱਠ ਲੱਗ ਰਿਹਾ? ਸਾਰੇ ਥਾਈ ਇੱਦਾਂ ਦਾ ਹੀ ਇਕੱਠ ਆ, ਬੜਾ ਬਹੁਤ ਵਧੀਆ ਜਿਹੜਾ ਲੋਕਾਂ ਦਾ ਰੁਝਾਨ ਆ, ਬਹੁਤ ਪ੍ਰੇਮ ਦੇ ਨਾਲ ਸਾਰੇ ਵੋਟ ਪਾ ਰਹੇ ਆ। ਕੋਈ ਜਿਹੜਾ ਲੋਕਾਂ ਦਾ ਆਪਸ ਦੇ ਵਿੱਚ ਵੀ ਜਿਹੜਾ ਨਾ ਪ੍ਰੇਮ ਪਿਆਰ ਬਹੁਤ ਵਧੀਆ ਤਰੀਕੇ ਨਾਲ ਵੋਟ ਪਾ ਰਹੀ, ਵੋਟ ਕੋਈ ਕਿਤੇ ਵੀ ਪਾ ਰਿਹਾ, ਪਰ ਆਪਸ 'ਚ ਮੈਨੂੰ ਕਿਤੇ ਤਲਖੀ ਵੇਖਣ ਨੂੰ ਨਹੀਂ ਮਿਲੀ। ਨਹੀਂ, ਵਧੀਆ ਹੈ ਕਿ ਉਹ ਪ੍ਰੇਮ ਭਾਵ ਦਾ ਜਿਹੜਾ ਹੈਗਾ ਹੈ ਉਹ ਉਸ ਤਰ੍ਹਾਂ ਇੱਕ ਤਿਉਹਾਰ ਨੂੰ ਜੇ ਆਪਾਂ ਪਿਆਰ ਨਾਲ ਮਨਾਉਂਦੇ ਤਾਂ ਇਸ ਦਿਨ ਨੂੰ ਵੀ ਬੜੇ ਪਿਆਰ ਅਤੇ ਉਤਸ਼ਾਹ ਨਾਲ ਮਨਾਉਣਾ ਚਾਹੀਦਾ ਹੈ। ਜੇ ਬਸ ਇੱਕ ਹੋਰ ਹੈਗਾ ਕਿ ਆਜ਼ਾਦ ਉਮੀਦਵਾਰ ਵੀ ਇਸ ਸੀਟ ਦੇ ਉੱਤੇ ਨਿੱਤਰੇ ਹੋਏ ਨੇ ਔਰ ਵੱਖ ਵੱਖ ਪਾਰਟੀਆਂ 'ਤੇ ਹੈਗੀਆਂ,
ਤੁਹਾਡੇ ਨਜ਼ਰੀਏ ਦੇ ਨਾਲ ਕੰਪੀਟੀਟਰ ਜੇ ਕੋਈ ਕਾਂਗਰਸ ਸਮਝ ਰਹੀ ਹੈ ਕਿਸੇ ਨੂੰ ਤਾਂ ਮੈਂ ਸਮਝਦਾ ਇਸ ਵੇਲੇ ਜਿਹੜਾ ਜ਼ਿਆਦਾ ਕੰਪੀਟੀਸ਼ਨ ਹਨ ਉਹ ਕਾਂਗਰਸ ਤੇ ਆਪ ਦਾ ਹੈ ਤੇ ਕਾਂਗਰਸ ਖੈਰ ਕਾਫੀ ਉੱਪਰ ਹੈ ਉਹਦੇ ਤੋਂ ਤੇ ਇਹ ਰੁਝਾਨ ਇੱਦਾਂ ਹੀ ਰਹੇਗਾ। ਹੋਰ ਕੋਈ ਜੇਕਰ ਹਲਕੇ ਦੀ ਗੱਲ ਕਰੀਏ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਤੁਹਾਡੀ ਜਿੱਦਾਂ ਲੀਡ ਸੀਗੀ ਮੇਰੇ ਖਿਆਲ ਜਿੱਥੋਂ ਤੱਕ ਕਿ ਵੱਡੀ 1.5 ਲੱਖ ਦੇ ਲਾਗੇ ਦੀ ਲੀਡ ਸੀਗੀ ਆਪਣੇ ਤੌਰ ਦੇ ਉੱਤੇ, ਹੁਣ ਸਪੋਰਟ ਕਰਦੇ ਰਹੇ ਹੋ ਕੁਲਬੀਰ ਜ਼ੀਰਾ ਨੂੰ, ਆਪਣੇ ਤੌਰ ਦੇ ਉੱਤੇ ਕਿਵੇਂ ਦੇਖਦੇ ਹੋ ਇਸ ਸੀਟ ਦੇ ਉੱਤੇ? ਦੇਖੋ ਮਾਰਜਨ ਨੂੰ ਲੈ ਕੇ ਕਿੱਦਾਂ ਦੀ ਗੱਲ ਕਰਦੇ ਹੋ ਜਾਂ ਜਿੱਤ ਨੂੰ ਲੈ ਕੇ? ਦੇਖੋ ਕਿਉਂਕਿ ਹੁਣ ਪਾਰਟੀਆਂ 5 ਲੜ ਰਹੀਆਂ, ਉਦੋਂ ਤਾਂ ਤਕਰੀਬਨ 3 ਪਾਰਟੀਆਂ ਸੀ, ਹੁਣ 5 ਪਾਰਟੀਆਂ, 5 ਦੇ ਹਿਸਾਬ ਨਾਲ ਵੋਟ ਵੀ ਪਰਸੈਂਟੇਜ ਵੀ ਥੋੜੀ ਜਿਹੜੀ ਆ ਉਹ ਘੱਟ ਪੋਲ ਹੋਣੀ ਆ, ਤੇ ਲੀਡ ਸ਼ਾਇਦ ਹੋ ਸਕਦਾ 19 ਨਾ ਆਵੇ ਪਰ ਕਾਂਗਰਸ ਜਿੱਤੇ।